ਗਲੋਬਲ ਪੰਜਾਬ ਟੀਵੀ ਤੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਦੇਸ਼ ਦਾ ਕਿਸਾਨ ਇਸ ਵੇਲੇ ਬਹੁਤ ਵੱਡੇ ਸੰਕਟ ਦੇ ਵਿੱਚ ਦੀ ਲੰਘ ਰਿਹਾ ਹੈ। ਜੇ ਮੌਜੂਦਾ ਸੰਕਟ ਦੀ ਗੱਲ ਕਰੀਏ ਤਾਂ ਭੂਮੀ ਅਧਿਗ੍ਰਹਿਣ ਬਿੱਲ ਉਹਦੇ ਲਈ ਬਹੁਤ ਵੱਡੀ ਚੁਣੌਤੀ ਹੈ। ਦੇਸ਼ ਦਾ ਪਾਰਲੀਮੈਂਟ ਸੈਸ਼ਨ ਸ਼ੁਰੂ ਹੋਣ ਲੱਗਾ। ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਭੂਮੀ ਅਧਿਗ੍ਰਹਿਣ ਬਿੱਲ ਦੇ ਪਾਸ ਹੋਏ ਬਗੈਰ ਦੇਸ਼ ਦੇ ਪਿੰਡਾਂ ਦਾ ਵਿਕਾਸ ਸੰਭਵ ਨਹੀਂ ਹੈ। ਦੂਜੇ ਪਾਸੇ ਵਿਰੋਧੀ ਧਿਰ ਦਾ ਕਹਿਣਾ ਕਿ ਕਿਸੇ ਵੀ ਸੂਰਤ ਦੇ ਵਿੱਚ ਇਹ ਬਿੱਲ ਪਾਸ ਨਹੀਂ ਹੋਣ ਦਿੱਤਾ ਜਾਏਗਾ। ਦੇਸ਼ ਦੇ ਖੇਤੀ ਨਾਲ ਜੁੜੇ ਅਤੇ ਆਰਥਿਕ ਮਾਮਲਿਆਂ ਨਾਲ ਜੁੜੇ ਮਾਹਰਾਂ ਦਾ ਕਹਿਣਾ ਹੈ ਕਿ ਇਹ ਰਾਸਤਾ ਕਿਸਾਨੀ ਦੇ ਵਿਨਾਸ਼ ਵੱਲ ਜਾਂਦਾ ਹੈ। ਇਹਨਾਂ ਸਾਰੇ ਮੁੱਦਿਆਂ 'ਤੇ ਸਾਡੇ ਨਾਲ ਚਰਚਾ 'ਚ ਸ਼ਾਮਿਲ ਹੋਣ ਲਈ ਆ ਜਿਹੜੇ ਵਿਸ਼ੇਸ਼ ਮਹਿਮਾਨ ਨੇ, ਦਵਿੰਦਰ ਸ਼ਰਮਾ, ਜਿਹੜੇ ਕਿ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਖੇਤੀ ਮੁੱਦਿਆਂ 'ਚ ਆਪਣੀ ਵੱਖਰੀ ਪਹਿਚਾਣ ਰੱਖਦੇ ਹੈ। ਅਸੀਂ ਇਹਨਾਂ ਨੂੰ ਇਸ ਲਈ ਵੀ ਜੀ ਆਖਦੇ ਹਾਂ ਕਿ ਸਾਡੇ ਚੈਨਲ 'ਤੇ ਪਹਿਲੀ ਵਾਰ ਸਾਡੇ ਨਾਲ ਇਸ ਡਿਬੇਟ ਦੇ ਵਿੱਚ ਜੁੜ ਰਹੇ ਹੈ। ਸਾਡੇ ਨਾਲ ਦੂਜੇ ਖਾਸ ਮਹਿਮਾਨ ਡਾਕਟਰ ਗਿਆਨ ਸਿੰਘ, ਜਿਹੜੇ ਕਿ ਆਪਣੇ ਤੌਰ 'ਤੇ ਖੇਤੀਬਾੜੀ ਅਤੇ ਆਰਥਿਕ ਮਾਮਲਿਆਂ ਦੇ ਬਹੁਤ ਵੱਡੇ ਮਾਹਰ ਹੈ, ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਯੂਨੀਵਰਸਿਟੀ ਦੇ ਅਧਿਆਪਕ ਨੇ। ਮੈਂ ਦੋਨਾਂ ਮਹਿਮਾਨਾਂ ਨੂੰ ਜੀ ਆਖਦਾ। ਸ਼ਰਮਾ ਜੀ, ਜਿੱਦਾਂ ਆਪਾਂ ਜ਼ਿਕਰ ਕੀਤਾ ਹੈ, ਅੱਜ ਦੀ ਜਿਹੜੀ ਡਿਬੇਟ ਦਾ ਸਿਲਸਿਲਾ ਮੈਂ ਸ਼ੁਰੂਆਤ ਤੁਹਾਡੇ ਨਾਲ ਕਰਨ ਲੱਗਿਆ ਕਿ ਜਿਹੜੇ ਭੂਮੀ ਅਧਿਗ੍ਰਹਿਣ ਬਿੱਲ ਹੈ, ਇਸ ਨੂੰ ਤੁਸੀਂ ਕਿਸ ਨਜ਼ਰੀਏ ਤੋਂ ਦੇਖਦੇ ਹੋ? ਦੇਖੋ, ਸਭ ਤੋਂ ਬੜੀ ਜਿਹੜੀ ਸਮਝਣ ਦੀ ਗੱਲ ਹੈਗੀ ਹੈ, ਜੀ, ਇਹ ਭੂਮੀ ਅਧਿਕਰਨ ਜਿਹੜਾ ਬਿੱਲ ਹੈ, ਜੀ ਤੁਸੀਂ ਜਾਣਦੇ ਹੋ ਕਿ 2013 ਵਿੱਚ ਸਰਕਾਰ ਜਿਹੜਾ ਦੋਨੋਂ ਪਾਰਟੀਜ਼ ਨੇ ਮਿਲ ਕੇ ਇੱਕ ਪਾਰਲੀਮੈਂਟ 'ਚ ਇੱਕ ਬਿੱਲ ਲੈ ਕੇ ਆਏ। ਜੀ, ਉਹ ਬਿੱਲ 1894 ਦੇ ਬਾਅਦ ਪਹਿਲੀ ਵਾਰ ਇੱਕ ਪਾਰਲੀਮੈਂਟ 'ਚ ਬਿੱਲ ਆਉਂਦਾ ਜਿਹਦੇ ਵਿੱਚ ਸਾਰੇ ਜਿਹੜੀ ਕਮੀਆਂ ਪੇਸ਼ੀਆਂ ਸੀਗੀਆਂ, ਹਾਲਾਂਕਿ ਉਹ 'ਚ ਵੀ ਕਈ ਫਾਲਟ ਸੀਗੇ, ਲੇਕਿਨ ਫਿਰ ਵੀ ਬ੍ਰੋਡਲੀ ਉਹ ਐਕਸੈਪਟੇਬਲ ਸੀਗਾ, ਕਿਉਂਕਿ ਉਹਦੇ ਵਿੱਚ ਇਹ ਵੀ ਸੀ ਕੰਸੈਂਸਸ ਕਿਸਾਨਾਂ ਦੀ ਹੋਣੀ ਚਾਹੀਦੀ ਹੈ, ਪਲੱਸ ਉਹਨਾਂ ਦੀ ਕੰਪਨਸੇਸ਼ਨ ਕਿੰਨਾ ਹੋਣਾ ਚਾਹੀਦਾ, ਕਿਸਾਨਾਂ ਦੀ ਕਮਿਟਮੈਂਟ ਹੋਏ, ਸੋਸ਼ਲ ਕੀ ਕਹਿੰਦੇ ਉਹਨਾਂ ਇੰਪੈਕਟ ਅਸੈਸਮੈਂਟ ਹੋਏਗੀ ਪਹਿਲੇ, ਇਹ ਸਾਰੀ ਗੱਲਾਂ ਉਹਦੇ ਵਿੱਚ ਸੀਗੀਆਂ ਜਿਹੜੇ ਕਿ ਬੜੀ ਇੰਪੋਰਟੈਂਟ ਸੀਗੀਆਂ। ਔਰ ਇੰਨੇ ਸਾਲ ਲੱਗੇ, 120-130 ਸਾਲ ਦੇ ਬਾਅਦ ਜਾ ਕੇ ਤਾਂ ਗੱਲ ਹੋ ਰਹੀ ਸੀਗੀ, ਲੇਕਿਨ ਸਡਨਲੀ ਸਰਕਾਰ ਬਣਨ ਤੋਂ ਬਾਅਦ ਇਹ ਸਰਕਾਰ ਨੂੰ ਇੱਕ ਇੰਪ੍ਰੈਸ਼ਨ ਇਹ ਬਣਿਆ ਕਿ ਬਈ ਇਹ ਜੇ ਬਿੱਲ ਰਹੇਗਾ ਤਾਂ ਇਹ ਕੰਟਰੀ ਦੀ ਡਿਵੈਲਪਮੈਂਟ ਜਾਂ ਕੰਟਰੀ ਦਾ ਵਿਕਾਸ ਜਿਹੜਾ ਰੁਕ ਜਾਏਗਾ, ਇਸ ਕਰਕੇ ਜ਼ਮੀਨਾਂ ਲੈਣੀਆਂ ਬਹੁਤ ਜ਼ਰੂਰੀ ਹੈਗੀ ਕਿਸਾਨਾਂ ਤੋਂ। ਇਹ ਜਦ ਵੀ ਪੁੱਛਿਆ ਜਾਂਦਾ ਕਿ ਵੀ ਕਿਉਂ ਇਸ ਤਰ੍ਹਾਂ ਹੋ ਰਿਹਾ, ਹੁਣ ਤਿੰਨ ਅਮੈਂਡਮੈਂਟ ਅਤੇ ਤਿੰਨ ਵਾਰੀ ਕੀ ਕਹਿੰਦੇ ਸਰਕਾਰ ਲੈ ਕੇ ਆਈ ਹੈ, ਸਿਲੈਕਟ ਕਮੇਟੀ ਦੇ ਇਲਾਵਾ ਫਿਰ ਨਾਲ ਜਿਹੜਾ ਆਰਡੀਨੈਂਸ ਵੀ ਆਇਆ ਹੈ ਸਰਕਾਰ ਲੈ ਕੇ ਆਈ ਹੈ, ਉਹ ਹੁਣ ਵੀ ਪ੍ਰੋਸੈਸ ਚੱਲ ਰਿਹਾ ਉਹਦੇ ਵਿੱਚ, ਲੇਕਿਨ ਸਾਰੀ ਗੱਲ ਸਮਝਣ ਦੀ ਹੈ ਕਿ ਵੀ ਕਿਉਂ ਹੋਇਆ। ਮੇਰਾ ਇਹ ਸੋਚਣਾ ਹੈ ਕਿ ਬਈ ਤੁਸੀਂ ਅਗਰ 1996 ਤੋਂ ਦੇਖੋ, 1996 'ਚ ਇੱਕ ਵਰਲਡ ਬੈਂਕ ਦੀ ਰਿਪੋਰਟ ਆਈ ਸੀਗੀ, ਓਕੇ, ਰਿਪੋਰਟ 'ਚ ਕਿਹਾ ਗਿਆ ਸੀਗਾ ਕਿ ਅਗਲੇ 20 ਸਾਲ 'ਚ, ਯਾਨੀ 2015 ਤੱਕ, ਉਸ 2015 ਤੱਕ ਜਿਹੜੇ ਹਿੰਦੁਸਤਾਨ 'ਚ ਜਿਹੜੇ ਲੋਕ ਪਿੰਡਾਂ ਤੋਂ ਸ਼ਹਿਰ ਦੀ ਤਰਫ਼ ਪਲਾਨ ਕਰਨਗੇ, ਯਾਨੀ ਜੋ ਮਾਈਗ੍ਰੇਟ ਕਰਨਗੇ, ਉਹਦੀ ਜਨਸੰਖਿਆ ਇੰਗਲੈਂਡ, ਫਰਾਂਸ ਔਰ ਜਰਮਨੀ ਦੀ ਜਨਸੰਖਿਆ ਦੇ ਬਰਾਬਰ ਔਰ ਦੁੱਗਣੀ ਹੋਏਗੀ। ਓਕੇ, ਇੰਨੀ ਵੱਡੀ ਗਿਣਤੀ 'ਚ ਪਲਾਨ ਹੋਏਗੀ? ਹਾਂਜੀ, ਇੰਗਲੈਂਡ, ਫਰਾਂਸ, ਜਰਮਨੀ ਦੀ ਜਨਸੰਖਿਆ ਜਿਹੜੀ ਹੈਗੀ 20 ਕਰੋੜ, ਉਸ ਟਾਈਮ ਵੀ ਸੀਗੀ 20 ਕਰੋੜ, ਹੁਣ ਵੀ ਹੈਗੀ ਹੈ। ਉਹਨਾਂ ਨੇ ਕਿਹਾ ਸੀ 40 ਕਰੋੜ ਲੋਕ ਜਿਹੜੇ ਹੈਗੇ ਉਹ ਪਿੰਡਾਂ ਤੋਂ ਸ਼ਹਿਰ ਤਰਫ਼ ਜਾਣਗੇ 2015 ਤੱਕ। ਜੀ, ਮੈਂ ਸੋਚਦਾ ਸੀਗਾ ਕਿ ਐਕਚੁਲੀ ਇਹ ਵਾਰਨਿੰਗ ਹੈ, ਲੇਕਿਨ ਬਾਅਦ 'ਚ ਮੈਨੂੰ ਸਮਝ ਆਇਆ ਕਿ ਵਾਰਨਿੰਗ ਨਹੀਂ ਹੈ, ਉਹ ਇਹ ਕਹਿ ਰਹੇ ਕਿ ਤੁਹਾਨੂੰ ਇਹ ਕਰਨਾ ਹੈ। 2008 ਦੀ ਤੁਸੀਂ ਅਗਰ ਵਰਲਡ ਡਿਵੈਲਪਮੈਂਟ ਰਿਪੋਰਟ ਦੇਖੋ, ਉਹਦੇ 'ਚ ਲਿਖਿਆ ਹੋਇਆ ਕਿ ਤੁਹਾਨੂੰ ਜਿਹੜਾ ਕੰਮ ਦਿੱਤਾ ਸੀ ਤੁਸੀਂ ਨਹੀਂ ਕੀਤਾ, ਹੁਣ ਤੁਸੀਂ ਜਲਦੀ ਕਰੋ, ਹੁਣ ਲੈਂਡ ਰੈਂਟਲਸ, ਲੈਂਡ ਐਕੁਜੀਸ਼ਨ, ਇਹ ਸਭ ਲਿਖਿਆ ਉਹ 'ਚ। ਪਹਿਲਾਂ ਜਿਹੜਾ ਹੈਗਾ ਪ੍ਰੋਸੈਸ ਸਟਾਰਟ ਹੋ ਚੁੱਕਾ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਦਰਸ਼ਕਾਂ ਨੂੰ ਕਿ ਬਈ ਇਹ ਪਾਰਟ ਆਫ ਦੀ ਡਿਜ਼ਾਈਨ ਹੈ ਜੀ, ਇਹ ਸਾਨੂੰ ਕਿਹਾ ਗਿਆ ਕਿ ਇਹ ਜਨਸੰਖਿਆ ਜਿਹੜੀ 40 ਕਰੋੜ ਹੈ, ਇਹਨੂੰ ਤੁਸੀਂ ਮੂਵ ਕਰਨਾ ਸ਼ਹਿਰ ਤਰਫ਼। ਉਸ 'ਚ ਇਹ ਵੀ ਰਿਪੋਰਟ 'ਚ ਕਿਹਾ ਗਿਆ ਕਿ ਇਹ ਜ਼ਮੀਨ ਇਜ਼ ਅ ਪ੍ਰੋਡਕਟਿਵ ਐਸੈਟ, ਉਹਨਾਂ ਲੋਕਾਂ ਦੇ ਹੱਥ ਵਿੱਚ ਹੈਗੇ ਜਿਹਨਾਂ ਨੂੰ ਕੁਛ ਨਹੀਂ ਕਰਨਾ ਆਉਂਦਾ, ਜੋ ਇਨਐਫੀਸ਼ੀਐਂਟ ਉਹਦੇ ਪ੍ਰੋਡਿਊਸਰਸ ਹੈਗੇ ਆ ਉਹਨੂੰ ਕੱਢੋ, ਯਾਨੀ ਕਿਸਾਨ। ਇਹ 'ਚ ਇਹ ਵੀ ਲਿਖਿਆ ਕਿ ਜਿਹੜਾ ਜਿਹੜਾ ਕਿਸਾਨ ਹੈ, ਯੰਗ ਕਿਸਾਨ ਜਿਹੜਾ ਹੈਗਾ, ਨੌਜਵਾਨ ਜਿਹੜਾ ਖੇਤੀ 'ਚ ਹੈ, ਉਹਨੂੰ ਖੇਤੀ ਕਰਨ ਦੇ ਇਲਾਵਾ ਕੁਛ ਨਹੀਂ ਆਉਂਦਾ। ਜੀ ਜੀ, ਤਾਂ ਉਹਨੂੰ ਸਿਖਾਓ ਕਿ ਬਈ ਮਜ਼ਦੂਰ ਕਿਸ ਤਰ੍ਹਾਂ ਬਣੇ, ਇਸ ਕਰਕੇ ਉਹਦੇ ਵਾਸਤੇ ਤੁਸੀਂ ਟ੍ਰੇਨਿੰਗ ਇੰਸਟੀਟਿਊਟ ਖੋਲੋ। ਉਸ ਰਿਪੋਰਟ 'ਚ ਲਿਖਿਆ ਗਿਆ ਕਿ ਤੁਸੀਂ ਸਕਿੱਲ ਡਿਵੈਲਪਮੈਂਟ ਵਾਸਤੇ ਟ੍ਰੇਨਿੰਗ ਇੰਸਟੀਟਿਊਟ ਖੋਲੋ, ਨੈਟਵਰਕ ਖੋਲੋ। ਔਰ 2008 ਦੀ ਰਿਪੋਰਟ ਹੈ, 2009 ਵਿੱਚ ਚਿਦੰਬਰਮ ਸਾਹਿਬ ਸਾਡੇ ਵਿੱਤ ਮੰਤਰੀ ਸੀਗੇ, ਉਹਨਾਂ ਨੇ 1000 ITIs ਵਾਸਤੇ ਪ੍ਰਾਵਧਾਨ ਕੀਤਾ। ਮੈਂ ਦੱਸਣਾ ਚਾਹੁੰਦਾ ਕਿ ਇਟ ਇਜ਼ ਪਾਰਟ ਆਫ ਅ ਡਿਜ਼ਾਈਨ, ਇਹ ਸਮਝਣ ਦੀ ਜ਼ਰੂਰਤ ਹੈ ਕਿ ਇਹ ਦੇਸ਼ ਦੇ ਵਿਕਾਸ ਦੀ ਜਿਹੜੀ ਗੱਲ ਹੈਗੀ। ਸ਼ਰਮੀ, ਤੁਹਾਡੀ ਗੱਲ ਤੋਂ ਲੱਗਦਾ ਕਿ ਅਚਾਨਕ ਕੋਈ ਇਹ ਨਹੀਂ ਕਿ ਨਰਿੰਦਰ ਮੋਦੀ ਆ ਗਿਆ, ਤਾਂ ਇਹ ਤਾਂ ਜਿਹੜੀ ਸੋਚੀ ਸਮਝੀ ਜਿਹੜੀ ਸੋਚੀ ਸਮਝੀ ਰਹਿਣੀ, ਜੇ ਸਕਿੱਲ ਇੰਡੀਆ ਦੀ ਗੱਲ ਹੁੰਦੀ ਹੈ ਤਦ ਵੀ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਪਤਾ ਵੀ ਅਸੀਂ ਇੰਨਾ ਯੂਥ ਇੱਧਰੋਂ ਵਿਹਲਾ ਕਰਾਂਗੇ, ਤਾਂ ਨੈਚੁਰਲੀ ਉਹਨਾਂ ਨੂੰ ਕਿਸੇ ਪਾਸੇ ਕਿਸੇ ਨੂੰ ਡਰਾਈਵਰ ਲਾਉਣਾ, ਕਿਸੇ ਨੂੰ ਹੋਰ ਇੱਦਾਂ ਦੇ ਜਿਹੜੇ ਹੈਗੇ ਘਰ ਪਹੁੰਚਾਉਣ 'ਚ। ਡਾਕਟਰ ਸਾਹਿਬ, ਜਿੱਦਾਂ ਇਹਨਾਂ ਨੇ ਜ਼ਿਕਰ ਕੀਤਾ ਹੈ ਇਸ ਮੁੱਦੇ ਦੇ ਉੱਤੇ ਕਿ ਜਿਹੜਾ ਇਹ ਸਾਰਾ ਡਿਜ਼ਾਈਨ ਕੋਈ ਅਚਾਨਕ ਨਹੀਂ ਆਇਆ, ਬੜਾ ਲੰਬੇ ਸਮੇਂ ਤੋਂ ਸੋਚੀ ਸਮਝੀ ਗੱਲ ਆ। ਜਿੱਦਾਂ ਇਹਨਾਂ ਨੇ ਗੱਲ ਕੀਤੀ ਕਿ 1996 ਤੋਂ ਕਿਸ ਤਰੀਕੇ ਨਾਲ ਯੋਜਨਾਬੱਧ ਢੰਗ ਨਾਲ ਕਿ ਇਹਦਾ ਸਾਡਾ ਕਿੱਦਾਂ ਟ੍ਰਾਂਸਫਰ ਜਿਹੜੀ ਕਰਨੀ ਹੈ, ਤੁਸੀਂ ਇਹ ਸਾਰੇ ਪ੍ਰੋਸੈਸ ਨੂੰ ਕਿਵੇਂ ਦੇਖਦੇ ਹੋ? ਦਰਅਸਲ 1894 ਦਾ ਜਿਹੜਾ ਭੂਮੀ ਗ੍ਰਹਿਣ ਐਕਟ ਬਣਿਆ ਸੀ ਉਹ ਉਸ ਮੌਕੇ ਪਿਓਰ ਪਬਲਿਕ ਪਰਪਜ਼ ਲਈ ਬਣਿਆ ਸੀ, ਪਰ ਬਾਅਦ ਦੇ ਵਿੱਚ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਉਹਨੂੰ ਪ੍ਰਾਈਵੇਟ ਅਦਾਰਿਆਂ ਲਈ,
ਨਿੱਜੀ ਅਦਾਰਿਆਂ ਲਈ ਜਾਂ ਕਾਰਪੋਰੇਸ਼ਨਾਂ ਲਈ ਖਰੀਦਣ ਲਈ ਮਤਲਬ ਅਕਵਾਇਰ ਕਰਨ ਲਈ ਵਰਤਿਆ। 1994 ਦੀ ਗੱਲ ਕਰਨ, 1894 'ਚ ਉਸ ਮੌਕੇ ਦੀ ਬ੍ਰਿਟਿਸ਼ ਗੌਰਮੈਂਟ ਨੇ ਬਣਾਇਆ ਸੀ, ਹੈ ਨਾ। ਅਤੇ ਫਿਰ ਅੱਗ ਜਿਹੜਾ 2013 'ਚ ਬਣਦਾ, ਇਹ ਕਾਫੀ ਸੋਚ ਵਿਚਾਰ ਤੋਂ ਕਾਫੀ ਜੱਦੋ ਜਹਿਦ ਤੋਂ ਬਾਅਦ ਬਣਾਇਆ ਹੋਇਆ ਐਕਟ ਸੀ ਜੀ, ਕਿ ਇਹਦੇ ਵਿੱਚ ਵੱਖ ਵੱਖ ਕਿਸਾਨ ਯੂਨੀਅਨਾਂ, ਵੱਖ ਵੱਖ ਪੋਲੀਟੀਕਲ ਪਾਰਟੀਆਂ, ਅਤੇ ਜਿਹੜੀਆਂ ਸ਼ਰਮਾ ਜੀ ਨੇ ਕਿਹਾ ਜਿਹੜੇ ਬਹੁਤ ਇੰਪੋਰਟੈਂਟ ਆਸਪੈਕਟ ਸੀ, ਇੱਕ ਸੀ ਕਿਸਾਨਾਂ ਦੀ ਸਹਿਮਤੀ ਜੀ, ਦੂਜਾ ਸੀ ਸੋਸ਼ਲ ਇੰਪੈਕਟ ਅਸੈਸਮੈਂਟ, ਅਤੇ ਤੀਜੀ ਸੀ ਕੰਪੈਨਸੇਸ਼ਨ ਜੀ। ਜਿਹੜਾ ਇਹ 'ਚੋਂ ਹਾਲੇ 2013 'ਚ ਬਣਿਆ, 2014 ਤੱਕ ਅਸੀਂ ਉਹਦਾ ਸੋਸ਼ਲ ਇੰਪੈਕਟ ਅਸੈਸਮੈਂਟ ਇਨ ਲਿਆ ਬਿਲਕੁਲ, ਅਤੇ ਚੰਗਾ ਭਲਾ ਬਹੁਤ 100-150 ਸਾਲ ਦੀ ਸਟਰਗਲ ਬਾਅਦ ਅਸੀਂ ਐਕਟ ਬਿੱਲ ਨੂੰ ਐਕਟ ਬਣਾਇਆ, ਅਤੇ ਉਹਨੂੰ ਅਸੀਂ ਖੇਰੂ ਖੇਰੂ ਕਰਨ ਜਾ ਰਹੇ ਹਾਂ। ਉਤਰਾਂ ਵੀ ਸ਼ਾਮਿਲ ਆ ਜਿਹੜੀਆਂ, ਜੇ ਨਵਾਂ ਬਿੱਲ ਲਿਆਉਣੀ ਉਹ ਵੀ ਇਹਦੇ ਨਾਲ ਸਹਿਮਤ ਸੀ ਇਸ ਬਿੱਲ ਦੇ ਵਿੱਚ। ਇਹ ਬਿਲਕੁਲ ਜਿਹੜੇ ਹੁਣ ਲਿਆ ਰਹੇ ਨੇ ਉਸ ਮੌਕੇ ਉਹਨਾਂ ਨੇ ਸਹਿਮਤੀ ਦਿੱਤੀ। ਜਿਹੜੀ ਸ਼ਰਮਾ ਜੀ ਗੱਲ ਕਹਿੰਦੇ ਆ, ਇੱਥੇ ਮੈਂ ਇੱਕ ਗੱਲ ਐਡ ਕਰਨੀ ਚਾਹੁੰਦਾ, 1980 ਦੇ ਵਿੱਚ ਨਵੀਆਂ ਆਰਥਿਕ ਨੀਤੀਆਂ ਹਿਡਨ ਰੂਪ 'ਚ ਲਾਗੂ ਹੋ ਗਈਆਂ ਸੀ, 1991 'ਚ ਡਿਕਲੇਅਰ ਕਰਕੇ ਅਸੀਂ ਨਵੀਆਂ ਆਰਥਿਕ ਨੀਤੀਆਂ ਅਪਣਾ ਲਈਆਂ। ਨਵੀਆਂ ਆਰਥਿਕ ਨੀਤੀਆਂ ਅਪਣਾਉਣ ਨਾਲ ਅਸੀਂ ਤਿੰਨੋਂ ਸੈਕਟਰ ਦਾ ਕਾਰਪੋਰਟਾਈਜੇਸ਼ਨ ਕਰ ਰਹੇ ਹਾਂ, ਪ੍ਰਾਇਮਰੀ ਸੈਕਟਰ, ਸੈਕੰਡਰੀ ਸੈਕਟਰ, ਟੈਰੀਸਰੀ ਸੈਕਟਰ। ਉਹਦੇ ਪਿੱਛੇ ਪਹਿਲਾਂ ਹਿਡਨ ਏਜੰਡਾ ਸੀ, ਹੁਣ ਓਪਨ ਏਜੰਡਾ ਹੈ, ਡੈਕਲੇਸ਼ਨ ਹੈ ਕਿ ਕਾਰਪੋਰੇਟ ਫਾਰਮਿੰਗ ਹੋਣੀ ਚਾਹੀਦੀ ਹੈ। ਪਰ ਸੋਚਣ ਵਾਲੀ ਗੱਲ ਇਹ ਹੈਗੀ ਕਿ ਕਾਰਪੋਰੇਟ ਫਾਰਮਿੰਗ ਇੰਡੀਆ ਅਫੋਰਡ ਕਰਦਾ, ਕਿ ਇੰਡੀਆ ਵਰਗਾ ਵਸੋਂ ਦੀ ਵੱਧ ਘਣਤਾ ਵਾਲਾ ਦੇਸ਼ ਇਹਦੇ ਲਈ ਜਾ ਸਕਦਾ, ਪਰ ਇਹਦਾ ਜਵਾਬ ਹੈ ਨਾ, ਕਿਉਂਕਿ ਜਪਾਨ, ਉੱਥੇ ਵੀ ਵਸੋਂ ਦੀ ਘਣਤਾ ਵੱਧ ਹੈ, ਉੱਥੇ ਬਹੁਤੇ ਲੋਕਾਂ ਕੋਲ ਇੱਕ ਚੌ ਜ਼ਮੀਨ ਹੈ, ਇੱਕ ਚੌ ਜ਼ਮੀਨ ਜਿਹੜੀ ਹੁੰਦੀ ਹੈ 2.5 ਏਕੜ ਤੱਕ ਹੁੰਦੀ ਹੈ, ਇੱਕ ਹੈਕਟੇਅਰ ਜ਼ਮੀਨ ਹੁੰਦੀ ਹੈ, ਪਰ ਉਹ ਬਹੁਤ ਵਧੀਆ ਤਰੀਕੇ ਨਾਲ ਚਲਾ ਰਹੇ ਨੇ, ਅਤੇ ਉਹਨਾਂ ਨੂੰ ਪਾਰਟ ਟਾਈਮ ਇੰਡਸਟਰੀ 'ਚ ਇੰਪਲਾਇਮੈਂਟ ਵੀ ਦੇ ਰਿਹਾ। ਪਰ ਦੁਨੀਆ ਦੇ ਜਿਹੜੇ ਦੇਸ਼ ਸਭ ਤੋਂ ਵੱਧ ਸਬਸਿਡੀ ਐਗਰੀਕਲਚਰ ਸੈਕਟਰ ਹੁੰਦੇ, ਜਪਾਨ ਉਹਨਾਂ 'ਚੋਂ ਇੱਕ ਹੈ, ਕਿਉਂਕਿ ਇਹਨਾਂ ਲੋਕਾਂ ਨਾਲ ਫੂਡ ਸਿਕਿਉਰਿਟੀ ਬਣੀ ਰਹਿੰਦੀ ਹੈ। ਜੇ ਅਸੀਂ ਹੁਣ UNO ਦੀ ਪਿਛਲੇ ਸਾਲ ਦੀ ਇੱਕ ਰਿਪੋਰਟ ਦੇਖੀਏ ਤਾਂ ਉਹ 'ਚ ਕਿਹਾ ਕਿ ਜੇ ਦੁਨੀਆ ਦੇ ਵਿੱਚ ਅਨਾਜ ਸੁਰੱਖਿਆ ਅਤੇ ਵਾਤਾਵਰਨ ਨੂੰ ਬਚਾਉਣਾ ਤਾਂ ਸਾਨੂੰ ਫੈਮਿਲੀ ਫਾਰਮਿੰਗ ਵੱਲ ਆਉਣਾ ਪਊਗਾ, ਪਰ ਇਸ ਬਿੱਲ ਦੇ ਨਾਲ ਤਾਂ ਅਸੀਂ ਫੈਮਿਲੀ ਫਾਰਮਿੰਗ ਦਾ ਨਹੀਂ, ਇਹ ਬਹੁਤੀ ਫਾਰਮਿੰਗ ਕਮਿਊਨਿਟੀ ਦਾ ਸੱਤਿਆਨਾਸ ਕਰਨ ਜਾ ਰਹੇ ਹਾਂ ਜਿਹੜੇ ਦੁੱਧੀ। ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਕਿ ਜਦੋਂ ਸਾਰੀਆਂ ਪ੍ਰਸਥਿਤੀਆਂ ਇੱਦਾਂ ਸਾਡੇ ਸਾਹਮਣੇ ਆ ਕਿ ਤੁਸੀਂ ਇੱਕ ਤਬਾਹੀ ਵਾਲਾ ਸਟੈਪਸ ਜਿਹੜਾ ਲੈ ਰਹੇ ਹੋ, ਇਹਦੇ ਬਾਵਜੂਦ ਵੀ ਜਿਹੜੀ ਮੌਜੂਦਾ ਸਰਕਾਰ ਹੈਗੀ ਹੈ ਨਰਿੰਦਰ ਮੋਦੀ ਕਿਉਂ ਬਜ਼ਿੱਦ ਹੈਗੇ ਹੈ ਕਿ ਵੀ ਅਸੀਂ ਇਹ ਬਿੱਲ ਨੂੰ ਪਾਸ ਕਰਵਾਉਣਾ ਹੀ ਕਰਾਉਣਾ, ਹਾਲਾਂਕਿ ਲੋਕ ਸਭਾ 'ਚ ਹੋ ਗਿਆ, ਰਾਜ ਸਭਾ 'ਚ ਉਹਨਾਂ ਦੀ ਬਹੁਤ ਸਹਿਮਤੀ ਨਹੀਂ ਹੈ, ਪਰ ਨਵੇਂ ਸਿਰੇ ਤੋਂ ਜਿੱਦਾਂ ਤੁਸੀਂ ਵੀ ਕਹਿ ਰਹੇ ਹੋ ਉਹਨਾਂ ਦੀ ਕੋਸ਼ਿਸ਼ ਹੋ ਰਹੀ ਹੈ, ਆਡੀਅੰਸ ਵੀ ਲਿਆਉਂਦੇ ਆ ਉਹਨਾਂ ਨੇ, ਕਿਉਂ ਬਿਜ਼ਿੱਦ ਹੈ ਇਸ ਗੱਲ 'ਤੇ? ਇਹ ਜੋ ਤੁਸੀਂ ਸਵਾਲ ਪੁੱਛ ਰਹੇ ਹੋ ਇਹੀ ਬਹੁਤ ਮਹੱਤਵਪੂਰਨ ਸਵਾਲ ਹੈ ਕਿ ਬਈ ਸਰਕਾਰ ਨੂੰ ਕੀ ਜਿਹੜੀ ਡੈਸਪਰੇਸ਼ਨ ਹੈ ਕਿ ਜ਼ਮੀਨਾਂ ਲਈਆਂ ਜਾਣ ਕਿਸਾਨਾਂ ਤੋਂ ਔਰ ਕਾਰਪੋਰੇਟਸ ਨੂੰ ਦਿੱਤੀਆਂ ਜਾਣ। ਇਹ ਤੁਸੀਂ ਅਗਰ ਸਾਰਾ ਪ੍ਰੋਸੈਸ ਦੇਖੋ, ਸਰਕਾਰ ਵੀ ਇਹ ਕਹਿ ਰਹੀ ਹੈ, ਮੋਦੀ ਸਾਹਿਬ ਵੀ ਕਹਿ ਰਹੇ ਹੈ, ਉਹਨਾਂ ਦੇ ਵਿੱਤ ਮੰਤਰੀ ਵੀ ਕਹਿ ਰਹੇ, ਰਿਪੀਟਿਡਲੀ ਕਹਿ ਰਹੇ ਹੈ ਕਿ ਬਈ ਵਿਕਾਸ ਰੁਕਿਆ ਪਿਆ ਹੈਗਾ, ਵਿਕਾਸ ਰੁਕਿਆ ਪਿਆ ਹੈਗਾ 2013 ਦੇ ਬਿੱਲ ਕਰਕੇ। ਇੰਟਰਸਟਿੰਗ ਗੱਲ ਹੈ ਕਿ 2013 ਦਾ ਬਿੱਲ ਹਾਲੇ ਤੱਕ ਕਿਤੇ ਅਪਲਾਈ ਨਹੀਂ ਹੋਇਆ, ਕਿਤੇ ਇੰਪਲੀਮੈਂਟ ਨਹੀਂ ਹੋਇਆ, ਤੁਹਾਨੂੰ ਕਿਸ ਤਰ੍ਹਾਂ ਪਤਾ ਕਿ ਵਿਕਾਸ ਰੁਕ ਗਿਆ? ਹਾਂਜੀ, ਇਹ ਤੁਸੀਂ ਕਿਉਂਕਿ ਕਾਰਪੋਰੇਟਸ ਨੇ ਕਿਹਾ ਕਿ ਸਾਨੂੰ ਇਹ ਮੁਸ਼ਕਲ ਹੋ ਜਾਏਗੀ, ਸਾਨੂੰ ਦਿੱਕਤ ਆ ਰਹੀ ਹੈ, ਤੁਸੀਂ ਕਹਿੰਦੇ ਹੋ ਕਿ ਵਿਕਾਸ ਰੁਕ ਗਿਆ ਦੇਸ਼ ਦਾ, ਇੱਕ ਗੱਲ ਤਾਂ ਇਹ ਹੈ। ਦੂਸਰੀ ਗੱਲ ਇਹ ਹੈ ਕਿ ਵੀ ਇਹ ਆਰਗੂਮੈਂਟ ਕਿ ਜਦ ਤੱਕ ਜ਼ਮੀਨ ਨਹੀਂ ਆਏਗੀ ਤਦ ਤੱਕ ਵਿਕਾਸ ਨਹੀਂ ਹੋਏਗਾ, ਮੈਂ ਇਹਨਾਂ ਸਹਿਮਤ ਨਹੀਂ ਹੈ। ਕਿਉਂ ਨਹੀਂ ਸਹਿਮਤ ਹੈ ਕਿ ਦੇਖੋ, ਜਦ ਤੁਹਾਨੂੰ ਯਾਦ ਹੋਏਗਾ 2006 ਵਿੱਚ ਸਪੈਸ਼ਲ ਇਕਨੋਮਿਕ ਜ਼ੋਨ ਬਣੇ ਸੀਗੇ, ਸਪੈਸ਼ਲ ਇਕਨੋਮਿਕ ਜ਼ੋਨ ਬਣੇ ਸੀ, ਉਸ ਟਾਈਮ ਵੀ ਇਹੀ ਆਰਗੂਮੈਂਟ ਸੀਗੇ ਕਿ ਇਹ ਜ਼ਮੀਨਾਂ ਲਈ ਜਾਣਗੀਆਂ, ਇਹ ਬਿਲਕੁਲ ਹੱਬਸ ਹੋਣਗੇ ਜਿਹੜੇ ਬਿਲਕੁਲ ਇੱਕ ਤਰ੍ਹਾਂ ਦੇ ਇੰਡੀਪੈਂਡੈਂਟ ਹੀ ਹੋਣਗੇ, ਤਕਰੀਬਨ ਸਿਵਾਏ ਝੰਡੇ ਲਗਾਉਣ ਤੋਂ ਹੋਰ ਸਭ ਕੁਛ ਇਹਨਾਂ ਦੀ ਕੋਈ ਸੋਸ਼ਲ ਇੰਪੈਕਟ ਅਸੈਸਮੈਂਟ ਨਹੀਂ ਹੈ, ਕੁਛ ਨਹੀਂ ਹੈ, ਉਹ ਜੋਬ ਕ੍ਰੀਏਸ਼ਨ ਹੋਏਗੀ, ਐਕਸਪੋਰਟਸ ਬੜਨਗੇ। ਅੱਜ ਤੁਸੀਂ ਦੇਖ ਲਓ ਕਿ ਸਪੈਸ਼ਲ ਇਕਨੋਮਿਕ ਜ਼ੋਨ ਜਿੰਨੇ ਵੀ ਕ੍ਰੀਏਟ ਕੀਤੇ ਗਏ, 500 ਦੇ ਆਸ ਪਾਸ ਇਹਨਾਂ ਨੇ ਅਪਰੂਵ ਕੀਤੇ ਹੈ, 500 ਤੋਂ ਜ਼ਿਆਦਾ, ਔਰ 100-150 ਦੇ ਆਸ ਪਾਸ ਤਕਰੀਬਨ ਜਿਹੜੇ ਹੈਗੇ ਇੰਪਲੀਮੈਂਟ ਹੋ ਗਏ ਹੈ, ਉਹਦੇ ਤੋਂ ਬਾਵਜੂਦ ਵੀ 40,000 ਏਕੜ ਜ਼ਮੀਨ ਜਿਹੜੀ ਖਾਲੀ ਪਈ ਹੈ। ਹਾਂਜੀ, ਕੋਈ ਇੰਪਲੀਮੈਂਟ ਉਹਦਾ ਨਹੀਂ ਹੋਇਆ, ਪਰਪਸਲੀ ਇਸਤੇਮਾਲ ਨਹੀਂ ਹੋ ਰਹੀ ਹੈ, ਉਹਦੇ 'ਚ ਲੋਕੀ ਉਹਦਾ ਮੋਰਟਗੇਜ ਕਰਕੇ ਹੋਰ ਇਸਤੇਮਾਲ ਕਰ ਰਹੇ ਜਿਹਨਾਂ ਕੋਲ ਗਈ ਹੈ ਜ਼ਮੀਨ। ਦੂਸਰੀ ਗੱਲ ਇਹ ਕਿ ਜਿਹੜੇ 3% ਐਕਸਪੋਰਟ ਹੋਏ ਹਾਲ ਤੱਕ, ਜੋਬ ਕ੍ਰੀਏਸ਼ਨ ਹੋਈ ਨਹੀਂ ਹੈ, ਇਹ ਮਤਲਬ ਜਿਹੜਾ ਤੁਸੀਂ ਸਾਨੂੰ ਕਿਹਾ ਸੀਗਾ ਦੇਸ਼ ਨੂੰ ਇੱਕ ਇੰਪ੍ਰੈਸ਼ਨ ਦਿੱਤਾ ਕਿ ਇਹ ਦੇਸ਼ ਦਾ ਵਿਕਾਸ ਵਾਸਤੇ ਬਹੁਤ ਜ਼ਰੂਰੀ ਹੈ, ਉਹ ਜਿਹੜਾ ਲੈਂਡ ਹੈਗਾ ਉਹ ਐਕਚੁਅਲੀ ਲੈਂਡ ਇਜ਼ ਐਸੈਟ, ਉਹ ਹਰ ਇੱਕ ਕੰਪਨੀ ਚਾਹੁੰਦੀ ਹੈ ਕਿ ਜਿੰਨਾ ਲੈਂਡ, ਕਿਉਂਕਿ ਦੇਖੋ 2008-2009 ਦੇ ਇਕਨੋਮਿਕ ਕ੍ਰਾਈਸਿਸ ਤੋਂ ਬਾਅਦ ਦੁਨੀਆ ਦੇ ਅੱਜ ਕੰਪਨੀਆਂ ਜਾਣਦੀਆਂ ਕਿ ਵੀ ਵੋਲਟੈਲਿਟੀ ਬਹੁਤ ਮਾਰਕੀਟ ਵਿੱਚ, ਉਹ ਪੈਸਾ ਜਿਹੜਾ ਕਿਤੇ ਵੀ ਲੋਸ ਵੀ ਜਾ ਸਕਦਾ, ਬੈਸਟ ਇਨਵੈਸਟਮੈਂਟ ਇਜ਼ ਲੈਂਡ। ਓਕੇ, ਸਾਰੀ ਦੁਨੀਆ ਵਿੱਚ ਅੱਜ ਇੱਕ ਮੁਹਿੰਮ ਚੱਲ ਰਹੀ ਹੈ ਕਿ ਲੈਂਡ ਗ੍ਰੈਬ ਜਿੰਨਾ ਹੋ ਜਾਏ, ਤੁਹਾਨੂੰ ਹੈਰਾਨਗੀ ਹੋਏਗੀ ਕਿ ਰਿਚ ਕੰਟਰੀਜ਼ ਦੀ ਤਰਫੋਂ, ਔਰ ਇੰਡੀਆ ਔਰ ਚਾਈਨਾ ਵੀ ਮਿਲਾ ਲਈਏ, ਤਾਂ ਜਿੰਨਾ ਲੈਂਡ ਅੱਜ ਅਫਰੀਕਾ, ਏਸ਼ੀਆ ਔਰ ਲੈਟਿਨ ਅਮਰੀਕਾ 'ਚ ਖਰੀਦਿਆ ਗਿਆ ਜਾਂ ਐਕੁਆਇਰ ਕੀਤਾ ਗਿਆ ਜਾਂ ਗ੍ਰੈਬ ਕੀਤਾ ਗਿਆ, ਡਾਕਟਰ ਸਾਹਿਬ ਜੋ ਕਹਿ ਰਹੇ ਆ ਫਾਰਮ ਲੈਂਡ ਗ੍ਰੈਬ, ਉਹ ਤਕਰੀਬਨ ਇੰਡੀਆ ਔਰ ਚਾਈਨਾ ਦੀ ਐਗਰੀਕਲਚਰ ਲੈਂਡ ਦੋਨਾਂ ਦਾ ਮਿਲਾ ਲਓ ਨਾ, ਉਹਨਾਂ ਲੈਂਡ ਆਲਰੇਡੀ ਐਕੁਆਇਰ। ਛੋਟਾ ਜਿਹਾ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਅਸੀਂ ਇਹਨਾਂ ਹੀ ਮੁੱਦਿਆਂ ਨੂੰ ਲੈ ਕੇ ਆਪਣੇ ਮਹਿਮਾਨਾਂ ਨੂੰ ਮੁੜ ਜਿਹੜਾ ਇਹਨਾਂ ਚਰਚਾ 'ਚ ਲੈ ਕੇ ਆਉਂਦੇ ਹਾਂ।
ਗਲੋਬਲ ਪੰਜਾਬ ਟੀਵੀ ਦੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਬ੍ਰੇਕ ਤੋਂ ਪਹਿਲਾਂ ਆਪਾਂ ਚਰਚਾ ਕਰ ਰਹੇ ਸੀ ਕਿ ਭੂਮੀ ਅਧਿਗ੍ਰਹਿਣ ਬਿੱਲ ਉਸ ਦੇ ਆਉਣ ਨਾਲ ਕੀ ਇੰਪੈਕਟ ਪੈ ਸਕਦਾ, ਜਾਂ ਚਾਹੇ ਦੇਸ਼ ਦੀਆਂ ਸਰਕਾਰਾਂ ਜਾਂ ਸੂਬਿਆਂ ਦੀਆਂ ਸਰਕਾਰਾਂ ਉਹ ਕਿਸਾਨੀ ਦੇ ਮੁੱਦਿਆਂ 'ਤੇ ਕੀ ਸੋਚਦੀਆਂ ਅਤੇ ਉਹਦੇ ਕੀ ਅਸਰ ਪੈ ਰਿਹਾ ਕਿਸਾਨੀ ਦੇ ਉੱਤੇ। ਇਹਨਾਂ ਚਰਚਾ ਦੇ ਵਿੱਚ ਅਸੀਂ ਜਿਹੜੀ ਬਹਿਸ ਕਰ ਰਹੇ ਹਾਂ ਉਹਦੇ ਲਈ ਮੈਂ ਡਾਕਟਰ ਗਿਆਨ ਸਿੰਘ ਨੂੰ ਤੁਹਾਡੇ ਨਾਲ ਇਸ ਮੁੱਦੇ 'ਤੇ ਗੱਲ ਕਰਨੀ ਚਾਹੁੰਦਾ ਕਿ ਜੋ ਕੁਝ ਭੂਮੀ ਅਧਿਗ੍ਰਹਿਣ ਦੀ ਗੱਲ ਆਪਾਂ ਕੀਤੀ ਹੈਗੀ ਹੈ, ਉਹਦਾ ਲੱਗਦਾ ਕਿ ਜਦੋਂ ਇੰਨਾ ਜ਼ਿਆਦਾ ਤੁਸੀਂ ਸਮਝਦੇ ਹੋ ਕਿ ਵੀ ਕਿਸਾਨਾਂ ਦੇ ਲਈ ਬਿਲਕੁਲ ਜਿਹੜਾ ਹੈਗਾ ਨੁਕਸਾਨਦੇਹ ਹੈ, ਇਹਦੇ ਬਾਵਜੂਦ ਇਹ ਸਾਰਾ ਕੁਝ ਹੋਣ ਜਾ ਰਿਹਾ ਜਾਂ ਕੋਸ਼ਿਸ਼ ਹੋ ਰਹੀ ਹੈ, ਲੱਗਦਾ ਕਿ ਜਿਹੜੀਆਂ ਕਾਰਪੋਰੇਟ ਜਿਹੜੀਆਂ ਫੋਰਸਿਸ ਹੈਗੀਆਂ ਉਹ ਕਿਤੇ ਆਪਣਾ ਰੋਲ ਪਲੇ ਕਰ ਰਹੀਆਂ ਵੀ ਇਹ ਹੋਣਾ ਹੀ ਚਾਹੀਦਾ। ਇਹ ਤਾਂ ਜਿਵੇਂ ਸ਼ਰਮਾ ਜੀ ਨੇ ਪਹਿਲਾਂ ਦੱਸਿਆ, ਸਾਰੀ ਦੁਨੀਆ 'ਚ ਇਹ ਜ਼ਮੀਨ, ਜੰਗਲ ਅਤੇ ਜਲ ਇਹਨੂੰ ਅਕੁਆਇਰ ਕਰਨ 'ਤੇ ਜ਼ੋਰ ਲੱਗਿਆ ਹੈ, ਕਿਉਂਕਿ ਇਹੀ ਬੇਸਿਕ ਲੋੜਾਂ ਨੇ ਜਿਹਦੇ 'ਤੇ ਜ਼ਿੰਦਗੀ ਚੱਲਣੀ ਹੈ। ਬਾਕੀ ਗੱਲਾਂ ਕਰਨ ਨੂੰ ਜ਼ਿੰਦਗੀ ਖੜ ਸਕਦੀ ਹੈ ਪਰ ਰੁਕ ਨਹੀਂ ਸਕਦੀ, ਮਤਲਬ ਬਿਲਕੁਲ ਬੰਦ ਨਹੀਂ ਹੋ ਸਕਦੀ। ਅਤੇ ਜਿੰਨਾ ਕਾਰਪੋਰੇਟ ਵਰਲਡ ਹੈ ਉਹ ਇਹਨਾਂ ਨੂੰ ਅਕੁਆਇਰ ਕਰਨ 'ਤੇ ਆਪਦੇ ਪ੍ਰੋਫਿਟ ਵਧਾਉਣ 'ਤੇ ਲੱਗਿਆ ਹੋਇਆ ਹੈਗਾ। ਇਸ ਲਈ ਜਿਹੜੇ ਕਾਰਪੋਰੇਸ਼ਨਾਂ ਨੇ ਉਹਨਾਂ ਦਾ ਪਰਪਜ਼ ਸਿਰਫ ਇੱਕ ਹੁੰਦਾ ਕਿ ਆਪਦੇ ਨਫੇ ਨੂੰ ਵਧਾਉਣਾ ਅਤੇ ਕੁਦਰਤੀ ਸਾਧਨਾਂ 'ਤੇ ਕਬਜ਼ਾ ਕਰਨਾ। ਕੁਛ ਸਰਕਾਰੀ ਦਰਬਾਰੀ ਅਤੇ ਜਗਾੜੀ ਅਰਥ ਵਿਗਿਆਨੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਦੀ ਗੱਲ ਕਰਦੇ ਨੇ, ਜਿਹੜਾ ਕਿ ਲੋਕਾਂ ਨਾਲ ਧੋਖਾ ਹੈ। ਕਾਰਪੋਰੇਟਾਂ ਜਿਹੜੇ ਕਾਰਪੋਰੇਸ਼ਨ ਹੁੰਦੀਆਂ ਨੇ ਉਹ ਸਮਾਜਿਕ ਤੌਰ 'ਤੇ ਜ਼ਿੰਮੇਵਾਰ ਹੋ ਨਹੀਂ ਸਕਦੀਆਂ, ਕਾਰਪੋਰੇਸ਼ਨ ਦਾ ਪਰਪਜ਼ ਦਾ ਪ੍ਰੋਫਿਟ ਵਧਾਉਣਾ ਜਾਂ ਸਾਧਨਾਂ ਨੂੰ ਕੰਟਰੋਲ ਕਰਨਾ। ਦਰਸਾ ਮੈਂ ਵਿੱਚੋਂ ਟੋਹ ਕੇ ਤੁਹਾਨੂੰ ਕਹਿ ਰਿਹਾ, ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਤੁਹਾਡੇ ਵਰਗੇ ਇਸ ਤਰ੍ਹਾਂ ਦੀ ਸੋਚ ਵਾਲੇ ਦੋਸਤ ਹੈ ਉਸ ਦੇਸ਼ ਦੇ ਵਿਕਾਸ ਦੇ ਰਾਹ 'ਚ ਰੋੜਾ ਅਟਕਾ ਰਿਹਾ ਇੱਦਾਂ ਦੀਆਂ ਗੱਲਾਂ ਕਰ। ਆਪਾਂ ਜਿਹੜੀ ਪਹਿਲਾਂ ਗੱਲ ਕੀਤੀ ਹੈ ਇਹ ਜਿਹਨਾਂ ਨੂੰ ਇਹ ਲੱਗਦਾ ਇਹ ਉਹਨਾਂ ਨੂੰ ਡਿਬੇਟ 'ਚ ਆਉਣਾ ਚਾਹੀਦਾ ਜੀ, ਅਤੇ ਦੇਸ਼ ਦਾ ਆਰਥਿਕ ਵਿਕਾਸ ਕਿਹਨਾਂ ਲਈ ਇੰਪੋਰਟੈਂਟ ਤਾਂ ਇਹ ਹੈ ਨਾ ਜੀ। ਜੇ ਅਸੀਂ 1% ਲੋਕਾਂ ਕੋਲ ਦੇਸ਼ ਦੀ ਵੈਲਥ ਇਕੱਠੀ ਕਰਨੀ, 99% ਨੂੰ ਗਰੀਬ ਕਰਨਾ ਹੈਗਾ ਅਤੇ ਕੁਛ ਲੋਕ ਵੱਡੀ ਗਿਣਤੀ 'ਚ ਉਹਨੇ ਜਿਹਨਾਂ ਨੂੰ ਰੋਟੀ ਤੋਂ ਵਿਰਵੇ ਕਰਨਾ। ਇੱਕ ਹੁਣ ਲੇਟੈਸਟ ਇੰਡੀਆ ਸੈਂਸਸ ਸਰਵੇ ਆਇਆ, ਜਿਹੜਾ ਸੋਸ਼ੋ ਇਕਨੋਮਿਕ ਐਂਡ ਕਾਸਟ ਸੈਂਸਸ ਆਈ ਹੈ, ਉਹਦੀਆਂ ਫਿਗਰ 'ਚ ਪਿੰਡਾਂ ਦੇ ਅੰਕੜੇ ਜਿਹੜੀ ਆਪਾਂ ਪਿਛਲੀ ਡਿਬੇਟ 'ਚ ਗੱਲ ਕੀਤੀ ਸੀ, 75% ਪਿੰਡਾਂ 'ਚ ਲੋਕ ਉਹ ਨੇ ਜਿਨ੍ਹਾਂ ਦੀ ਮੰਥਲੀ ਇਨਕਮ ਫੈਮਿਲੀ ਦੀ 5000 ਤੱਕ ਹੈਗੀ, ਉਹਦੇ ਮੇਨ ਆਰਨ 5000 ਤੋਂ ਘੱਟ ਹੈ ਜੀ। ਤੁਸੀਂ ਇਹ ਸੋਚੋ ਅਸੀਂ ਕਿਹੋ ਜਿਹਾ ਆਰਥਿਕ ਵਿਕਾਸ ਕੀਤਾ ਕਿ ਪਿੰਡਾਂ 'ਚ ਰਹਿਣ ਵਾਲੇ 75% ਲੋਕਾਂ ਨੂੰ ਅਸੀਂ ਰੋਟੀ ਜੋਗੇ ਪੈਸੇ ਵੀ ਦਿੰਦੇ ਰਹੇ ਜੀ। ਜੇ 5 ਜੀਆਂ ਦਾ ਪਰਿਵਾਰ ਹੋਵੇ ਤਾਂ ਇੱਕ ਬੰਦੇ ਨੂੰ 1000 ਰੁਪਏ ਤੋਂ ਘੱਟ ਆ, ਤਕਰੀਬਨ 30-33 ਰੁਪਏ, 33 ਰੁਪਏ 'ਚ 3 ਡੰਗਾਂ ਦੀ ਰੋਟੀ ਖਾਧੀ ਜਾ ਸਕਦੀ, ਮੈਨੂੰ ਲੱਗਦਾ 2 ਡੰਗਾਂ ਦੀ ਰੋਟੀ ਵੀ ਨਹੀਂ ਮਿਲਣੀ। ਬਿਲਕੁਲ, ਇਸ ਲਈ ਜਿਹੜਾ ਇਹ ਵਿਕਾਸ ਹੈ ਇਹ ਇਹਦੇ ਜਿਹੜੇ ਸਾਡੇ ਵਿਚਾਰ ਨੇ ਇਹਦੇ ਰੋੜਾਂ ਦੀ ਹਿਤੈਸ਼ੀ ਨਹੀਂ ਆ। ਓਕੇ ਓਕੇ ਸ਼ਰਮਾ ਜੀ, ਜਦੋਂ ਇਹ ਗੱਲ ਕਰਦੇ ਕਿ ਵੀ ਇਹ ਜ਼ਰੂਰੀ ਹੈ ਕਿ ਸਰਵਜਨਿਕ ਖੇਤਰ ਦੀ ਜਦੋਂ ਗੱਲ ਕਰਦੇ ਉਹ ਕਈ ਜਗ੍ਹਾ 'ਤੇ ਕਹਿੰਦੇ ਜੀ ਅਸੀਂ ਪਲਾਂਟਸ ਲਗਾਉਣੇ ਹੈ, ਕਈ ਜਗ੍ਹਾ 'ਤੇ ਪ੍ਰੋਜੈਕਟ ਲਗਾਉਣੇ ਹੈ, ਜੇ ਅਸੀਂ ਜ਼ਮੀਨ ਨਹੀਂ ਖਰੀਦਾਂਗੇ ਉਹ ਗੱਲ ਕਹਿੰਦੇ ਕਿ ਜੇ ਫਾਜ਼ਿਲਕਾ ਦੇ ਲੋਕਾਂ ਨੂੰ ਪਾਣੀ ਚਾਹੀਦਾ, ਨੰਗਲ ਤੋਂ ਲੈ ਕੇ ਨਹਿਰ ਕੱਢਣੀ ਪਈ ਤਾਂ ਜ਼ਮੀਨ ਤਾਂ ਲੈਣੀ ਪਏਗੀ। ਉਹ ਕਹਿੰਦੇ ਵਿਕਾਸ ਹੋ ਹੀ ਨਹੀਂ ਸਕਦਾ ਜਦ ਤੱਕ ਸਰਵਜਨਿਕ ਖੇਤਰ ਲਈ ਤਾਂ ਘੱਟੋ ਘੱਟ ਸਾਨੂੰ ਜ਼ਮੀਨ ਲੈਣੀ ਪਏਗੀ। ਦੇਖੋ ਜੀ, ਇਹ ਆਰਗੂਮੈਂਟ ਜਿਹੜਾ ਹੈਗਾ ਇਹ ਇੱਕ ਮਿਡਲ ਕਲਾਸ ਨੂੰ ਜਾਂ ਐਜੂਕੇਟਡ ਕਲਾਸ ਨੂੰ ਸ਼ਾਇਦ ਅਪੀਲ ਕਰਦਾ ਹੋਏਗਾ। ਓਕੇ, ਦੇਖੋ ਸਹੀ ਗੱਲ ਹੈ ਕਿ ਕਿਸਾਨ ਕਦੀ ਵੀ ਜਦ ਜ਼ਮੀਨ ਜਿੱਥੇ ਜ਼ਰੂਰਤ ਹੁੰਦੀ ਹੈ ਡਿਵੈਲਪਮੈਂਟ ਵਾਸਤੇ ਕਦੀ ਰੋਕਦਾ ਨਹੀਂ ਹੈ ਜੀ। ਨਹਿਰਾਂ ਦਾ ਵਿਕਾਸ ਹੋਏ ਜਾਂ ਈਵਨ ਸੜਕਾਂ ਵੀ ਹੋਣ, ਲੇਕਿਨ ਔਰ ਸਕੂਲ ਦੀ ਗੱਲ ਵੀ ਹੁੰਦੀ ਹੈ, ਸਕੂਲ ਔਰ ਹੋਸਪਿਟਲ, ਕਦੀ ਕਿਸਾਨ ਨੇ ਸਕੂਲ ਹਸਪਤਾਲ ਵਾਸਤੇ ਜਾਂ ਬਿਜਲੀ ਦੇ ਖੰਭੇ ਲਗਾਉਣ ਵਾਸਤੇ ਕਦੀ ਨਾਂ ਨਹੀਂ ਕੀਤੀ ਜੀ ਜੀ। ਪ੍ਰੋਬਲਮ ਇਹ ਹੈ ਕਿ ਜਦ ਤੁਸੀਂ ਸੜਕ ਬਣਾਉਂਦੇ ਹੋ, ਤੁਸੀਂ ਐਕਸਪ੍ਰੈਸ ਵੇ ਬਣਾਇਆ ਉਹਦੇ 4 ਕਿਲੋਮੀਟਰ ਇਸ ਤਰਫ 4 ਕਿਲੋਮੀਟਰ ਇਸ ਤਰਫ, ਉਹ ਜ਼ਮੀਨ ਜਿਹੜੀ ਹੈ ਕਿਸਾਨ ਕਿਉਂ ਦੇ, ਉਹਦਾ ਕੀ ਪਰਪਸ? ਹਾਂ, ਇਹ ਓਬਜੈਕਸ਼ਨ ਉਹਦੇ ਉੱਪਰ ਹੈਗਾ, ਸੜਕ ਦੇ ਉੱਪਰ ਕਿਸੇ ਨੂੰ ਓਬਜੈਕਸ਼ਨ ਨਹੀਂ ਹੈਗਾ। ਤੇ ਇਹ ਸਮਝਣ ਦੀ ਗੱਲ ਹੈ, ਇੱਕ ਤਰ੍ਹਾਂ ਤਾਂ ਕਿ ਮੈਸੇਜ ਦਿੱਤਾ ਜਾਂਦਾ, ਇਲੂਜਨ ਕ੍ਰੀਏਟ ਕੀਤਾ ਜਾਂਦਾ ਕਿ ਵਿਕਾਸ ਰੁਕ ਜਾਏਗਾ, ਐਸੀ ਗੱਲ ਨਹੀਂ ਹੈ। ਬਲਕਿ ਵਿਕਾਸ ਜਿਹੜਾ ਡਾਕਟਰ ਸਾਹਿਬ ਨੇ ਪਹਿਲੇ ਕਿਹਾ ਹੈ, ਬੜਾ ਇੰਪੋਰਟੈਂਟ ਗੱਲ ਕਹੀ ਹੈ ਕਿ ਹੁਣ ਆਕਸਫੈਮ ਦੀ ਮੈਂ ਸਟੱਡੀ ਦੇਖ ਰਿਹਾ ਸੀਗਾ, ਸਾਡੇ 20 ਲੋਕਾਂ ਦੀ, ਸਿਰਫ 20 ਫੈਮਿਲੀਜ਼ ਦੀ ਇਕਨੋਮਿਕ ਵੈਲਥ ਦੇਸ਼ ਵਿੱਚ ਜਿੰਨੀ ਹੈ 1960 ਕਰੋੜ ਲੋਕਾਂ ਦੀ ਹੈਗੀ ਜੀ। ਜੇ 60 ਕਰੋੜ ਲੋਕਾਂ ਦੀ ਇਕਨੋਮਿਕ ਵੈਲਥ ਬਰਾਬਰ ਹੈ 20 ਲੋਕਾਂ ਦੀ ਸਿਰਫ, ਤਾਂ ਕੀ ਵਿਕਾਸ ਹੋਇਆ? ਇਹ ਸਿਰਫ ਸਾਡੇ ਦੇਸ਼ 'ਚ ਨਹੀਂ ਹੈ, ਅਮੈਰੀਕਾ 'ਚ ਬੁਰਾ ਹਾਲ ਹੈਗਾ। ਅਮੈਰੀਕਾ ਵਿੱਚ ਤੁਹਾਨੂੰ ਹੈਰਾਨਗੀ ਹੋਏਗੀ, ਸਿਰਫ ਟੋਪ 1% ਜਿਹੜੀ ਹੈਗੀ ਹੈ ਉਹਦੇ 1% ਦੀ ਜਿਹੜੀ ਗਰੋਥ ਹੋਈ ਹੈ 1980 ਤੋਂ, ਸਭ ਤੋਂ ਸਿਰਫ ਉਹਨਾਂ ਦੀ ਹੋਈ ਹੈ ਇਕਨੋਮਿਕ ਇਨਕਮ ਦੀ ਗਰੋਥ ਜੀ ਜੀ। ਬਾਕੀ ਜਿਹੜੀ ਪਾਪੂਲੇਸ਼ਨ 90% ਉਹਦੀ ਜਿਹੜੀ ਤਨਖਾਹ ਹੈਗੀ ਆ, ਇਨਕਮ ਹੈਗੀ, ਹਾਊਸ ਹੋਲਡ ਇਨਕਮ, ਉਹ 1980 ਤੋਂ ਲੈ ਕੇ ਹਾਲ ਤੱਕ ਸਟੈਟਿਕ ਹੈ, ਰੁਕੀ ਹੋਈ ਹੈ। ਤੇ ਇਹ ਕਾਹਦਾ ਵਿਕਾਸ ਹੋਇਆ? ਅਮਰੀਕਾ 'ਚ ਵੀ ਇਹੀ ਹਾਲ ਹੈ, ਇਹ ਸਾਡੇ ਦੇਸ਼ ਨਹੀਂ ਹੈ, ਸਾਰੀ ਦੁਨੀਆ ਵਿੱਚ ਇਹ ਹੋ ਰਿਹਾ ਹੈ, ਉਹਨੂੰ ਸਮਝਣ ਦੀ ਗੱਲ ਹੈ, ਸਾਡੇ ਵੀ ਲਾਗੂ ਕਰਨ। ਹਾਂ, ਲੇਕਿਨ ਜਿਹੜੇ ਉਹ ਟੋਪ 1% ਹੈ ਉਹੀ ਜਿਹੜੇ ਹੈਗੇ ਸ਼ੋਰ ਜ਼ਿਆਦਾ ਮਚਾਉਂਦੇ ਹੈ ਕਿ ਬਈ ਦੁਨੀਆ ਦਾ ਵਿਕਾਸ ਰੁਕ ਜਾਏਗਾ। ਵਿਕਾਸ ਕਿਹਦੇ ਵਾਸਤੇ? ਜੋ ਡਾਕਟਰ ਸਾਹਿਬ ਪਹਿਲੇ ਸਵਾਲ ਪੁੱਛ ਰਹੇ ਸੀਗੇ, ਬੜਾ ਇੰਪੋਰਟੈਂਟ ਹੈ, ਕਿਹਦੇ ਵਾਸਤੇ? ਸਾਡੀ ਕੰਟਰੀ ਵਿੱਚ 60 ਕਰੋੜ ਕਿਸਾਨ ਹੈਗੇ ਆ, 60 ਕਰੋੜ ਕਿਸਾਨਾਂ ਦਾ ਵਿਕਾਸ ਕਦ ਹੋਏਗਾ? ਤੁਸੀਂ ਦੇਖੋ, ਡਾਕਟਰ ਸਾਹਿਬ ਨੇ ਪਹਿਲੇ ਆਪਣੇ ਕਿਹਾ
ਹੈ ਉਸੇ ਰਿਪੋਰਟ ਸੋਸ਼ੋ ਇਕਨੋਮਿਕ ਸਰਵੇ ਵਿੱਚ ਮੈਂ ਉਹਦਾ ਐਨਾਲਿਸਿਸ ਕਰ ਰਿਹਾ ਸੀਗਾ ਜੀ 67 ਕਰੋੜ ਲੋਕ ਜਿਹੜੇ ਹੈਗੇ ਆ ਉਹ 33 ਰੁਪਏ ਤੋਂ ਘੱਟ ਰਹਿੰਦੇ ਇਹ ਉਹਨਾਂ ਨੂੰ ਮਿਲਦਾ ਹਰ ਰੋਜ਼ ਦਾ ਜੇ 67 ਕਰੋੜ ਲੋਕ 67 ਕਰੋੜ ਇਹ ਹਾਲਤ ਹੈ ਉਹਨਾਂ ਦੀ ਇਹ ਹਾਲਤ ਹੈ ਦੇਸ਼ ਦੀ ਤੇ ਕਿਹਦਾ ਵਿਕਾਸ ਅੱਜ ਤੱਕ ਹੋਇਆ ਇਹ ਸਮਝਣ ਦੀ ਗੱਲ ਹੈਗੀ ਹੈ ਤੇ ਇਹ ਬਿਲਕੁਲ ਇੰਪੋਰਟੈਂਟ ਹੈ ਕਿ ਜਿਹੜਾ ਕਿਸਾਨ ਜਿਹਨੂੰ ਤੁਸੀਂ ਜ਼ਮੀਨ ਤੋਂ ਕੱਢ ਰਹੇ ਹੋ ਜੋ ਕਿ ਵਰਲਡ ਬੈਂਕ ਨੇ ਕਿਹਾ ਹੋਣਾ ਇਹ ਚਾਹੀਦਾ ਕਿ ਉਹਨੂੰ ਛੋਟੀ ਜਿਹੀ ਜ਼ਮੀਨ ਰਕਬਾ ਘੱਟ ਹੈ ਜਾਂ ਨਹੀਂ ਹੈ ਉਹਨੂੰ ਜ਼ਮੀਨ ਦਿਓ ਤਾਂ ਕਿ ਉਹ ਐਂਟਰਪ੍ਰੀਨਿਓਰ ਹੈ ਜੀ ਉਹ ਐਂਟਰਪ੍ਰੀਨਿਓਰ ਹੈ ਉਹ ਸਟਾਰਟਅਪ ਵੀ ਬਣ ਸਕਦਾ ਹੈ ਉਹਨੂੰ ਉਹ ਸਹੂਲਤਾਂ ਦਿਓ ਜਿਹਦੇ ਪਿੱਛੇ ਉਹਦਾ ਜਿਹੜਾ ਇੱਕ ਇਕਨੋਮਿਕ ਵਾਇਬਿਲਿਟੀ ਲਾਹੇਵੰਦ ਖੇਤੀ ਕਰ ਸਕੇ ਨਾ ਕਿ ਉਹਨੂੰ ਤੁਸੀਂ ਮੂਵ ਕਰਕੇ ਸ਼ਹਿਰਾਂ ਵਿੱਚ ਦਿਹਾੜੀ ਮਜ਼ਦੂਰ ਬਣਾਓ ਹੁਣ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਜਿਹੜਾ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਹੋ ਰਿਹਾ ਜੀ ਜੀ ਸਕਿੱਲ ਡਿਵੈਲਪਮੈਂਟ ਵਿੱਚ ਇੱਕ ਕਾਰਪੋਰੇਟ ਸੈਕਟਰ ਕਹਿੰਦਾ CII ਨੇ ਕਿਹਾ ਹੈ ਕਿ ਅਸੀਂ 30 ਕਰੋੜ ਜੋਬਸ ਕ੍ਰੀਏਟ ਕਰਾਂਗੇ 2022 ਤੱਕ ਸੁਣ ਲਓ ਹੁਣ ਤੁਸੀਂ 30 ਕਰੋੜ ਜੋਬਸ ਤਾਂ ਆਜ਼ਾਦੀ ਤੋਂ ਬਾਅਦ ਅੱਜ ਤੱਕ ਨਹੀਂ ਕ੍ਰੀਏਟ ਹੋਏ ਇਹ ਹੁਣ ਕਿਹੜੇ ਜੋਬਸ ਕ੍ਰੀਏਟ ਕਰਨਗੇ ਇਹ ਦਿਹਾੜੀ ਮਜ਼ਦੂਰ ਸੁਪਨਾ ਤੁਹਾਨੂੰ ਲੱਗਦਾ ਕਿ ਜਿਹੜਾ ਨਹੀਂ ਦਿਹਾੜੀ ਮਜ਼ਦੂਰ ਪਿੰਡਾਂ 'ਚੋਂ ਲੋਕਾਂ ਨੂੰ ਕੱਢ ਕੇ ਤੁਸੀਂ ਦਿਹਾੜੀ ਮਜ਼ਦੂਰ ਬਣਾਓਗੇ ਇਨਫਰਾਸਟ੍ਰਕਚਰ ਤੁਸੀਂ ਬਿਲਡਿੰਗਾਂ ਬਣਾਈ ਜਾਓਗੇ ਜਿਹਦਾ ਕੋਈ ਮਤਲਬ ਨਹੀਂ ਉਹਦਾ ਕੀ ਮਤਲਬ ਹੁਣ ਤਾਂ ਦੇਖੋ ਨਾ ਜਿੰਨੇ ਤੁਹਾਡੇ ਸੁਪਰ ਮਾਰਕੀਟਸ ਬਣੇ ਆ ਅੱਜ ਤੱਕ ਕੀ ਕਹਿੰਦੇ ਤੁਸੀਂ ਉਹਨਾਂ ਨੂੰ ਸੁਪਰ ਮਾਰਕੀਟਸ ਹੀ ਕਹਿੰਦੇ ਮਾਲ ਬਣੇ ਆ 60% ਤਾਂ ਖਾਲੀ ਪਏ ਲੇਕਿਨ ਫਿਰ ਵੀ ਲੈਂਡ ਗ੍ਰੈਬ ਉਹ ਲੈਂਡ ਗ੍ਰੈਬ ਤਾਂ ਹੋ ਗਿਆ ਨਾ ਤਾਂ ਲੋਕੀ ਲੈ ਲਈ ਇੱਕ ਵਾਰ ਜੀ ਉਹ ਜਿਹੜਾ ਇਨਵੈਸਟਮੈਂਟ ਆ ਲੋਕਾਂ ਕੋਲ ਪੈਸਾ ਬਹੁਤ ਆ ਉਹ ਇਨਵੈਸਟਮੈਂਟ ਕਰਨਾ ਚਾਹੁੰਦੇ ਆ ਤਾਂ ਉਹਨੂੰ ਅਸੀਂ ਕਹਿੰਦੇ ਕਿ ਬਹੁਤ ਜ਼ਰੂਰੀ ਹੈ ਵਿਕਾਸ ਕਾਹਦਾ ਹੋਇਆ ਅਫੋਰਡੇਬਲ ਹਾਊਸਿੰਗ ਦੀ ਗੱਲ ਕਰਦੇ ਹੋ ਇਸ ਸਮੇਂ 1.8 ਕਰੋੜ ਮਕਾਨ ਚਾਹੀਦੇ ਆ ਅੱਜ ਦੀ ਡੇਟ 'ਚ 1.2 ਯਾਨੀ 1.25 ਕਰੋੜ ਮਕਾਨ ਖਾਲੀ ਪਏ ਹੈ ਉਹ ਕੋਈ ਕੀਮਤਾਂ ਵੀ ਨਹੀਂ ਘੱਟ ਰਹੀ ਹੈਗੀਆਂ ਮਤਲਬ ਵਿਕਾਸ ਨਹੀਂ ਸੀਗਾ ਉਹ ਲੋਕਾਂ ਦੀ ਇੱਕ ਪਾਰਕਿੰਗ ਹੈ ਪੈਸੇ ਦਾ ਜਿਹੜਾ ਗਲਤ ਪੈਸਾ ਉਹਨਾਂ ਕੋਲ ਹੈ ਪੈਸੇ ਵੀ ਲੋਕਾਂ ਦੀ ਨਹੀਂ ਰਹੀ ਕੋਈ ਮਕਾਨ ਨੂੰ ਲੈ ਸਕਦੇ ਡਾਕਟਰ ਸਾਹਿਬ ਜਿੱਦਾਂ ਇਹਨਾਂ ਨੇ ਗੱਲ ਕੀਤੀ ਇਸ ਦਾ ਇੱਕ ਹੋਰ ਵੀ ਇੰਪੋਰਟੈਂਟ ਐਂਗਲ ਹੈ ਉਹ ਹੈ ਕਿ ਜਿਹੜੀਆਂ ਉਪਜਾਊ ਜ਼ਮੀਨਾਂ ਜੇ ਆਪਾਂ ਆਪਣੇ ਆਂਢ ਗੁਆਂਢ ਦੀ ਗੱਲ ਕਰੀਏ ਹਰਿਆਣਾ ਪੰਜਾਬ ਹੈ ਜਿਹੜੇ ਇੰਨੇ ਐਗਰੀਕਲਚਰ ਇੱਥੋਂ ਪੈਦਾ ਹੁੰਦੀ ਆ ਉਹ ਸਾਰਾ ਦੇਸ਼ ਦਾ ਪੇਟ ਭਰਦੇ ਹੈ ਜੇ ਇਹਨਾਂ ਜ਼ਮੀਨਾਂ ਨੂੰ ਅਸੀਂ ਕਵਰ ਕਰਕੇ ਕਾਰਪੋਰੇਟ ਸੈਕਟਰ ਨੂੰ ਦੇ ਦਿਆਂਗੇ ਅਸੀਂ ਫੂਡ ਸਿਕਿਉਰਿਟੀ ਦੀ ਗੱਲ ਕਰਦੇ ਹਾਂ ਇਸ ਵੇਲੇ ਬਹੁਤ ਵੱਡੀ ਚੈਲੇਂਜ ਹੈ ਕਿ ਦੇਸ਼ ਦੇ ਲੋਕਾਂ ਨੂੰ ਪੇਟ ਭਰ ਕੇ ਅਨਾਜ ਦੇਣਾ ਅਗਰ ਅਸੀਂ ਇਸ ਲਈ ਤਾਂ ਚੱਲਾਂਗੇ ਤਾਂ ਇਹ ਤਾਂ ਦੇਸ਼ ਨੂੰ ਭੁੱਖੇ ਮਾਰਨ ਵਾਲੀ ਗੱਲ ਹੈ ਇਹ ਫੂਡ ਸਿਕਿਉਰਿਟੀ ਐਕਟ ਤਾਂ ਬਣ ਚੁੱਕਿਆ ਹੈ ਪਰ ਹਾਲ ਤੱਕ ਫੂਡ ਲੋਕਾਂ ਕੋਲ ਨਹੀਂ ਪਹੁੰਚਿਆ ਜੀ ਜੀ ਜਿਹੜੀਆਂ ਕਾਰਪੋਰੇਸ਼ਨਾਂ ਨੇ ਜੇ ਅਸੀਂ ਉੱਧਰ ਨੂੰ ਆਵਾਂਗੇ ਕਿ ਕਾਰਪੋਰੇਟ ਫਾਰਮਿੰਗ ਵੱਲ ਨੂੰ ਆਉਂਦੇ ਹਾਂ ਤਾਂ ਉਹ ਕਿਉਂ ਫੂਡ ਸਿਕਿਉਰਿਟੀ ਵੱਲ ਨੂੰ ਆਉਣਗੀਆਂ ਕਿਉਂ ਕਣਕ ਦੇ ਚਾਵਲ ਬੀਜਣਗੀਆਂ ਉਹ ਤਾਂ ਉਹ ਫਸਲਾਂ ਬੀਜਣਗੀਆਂ ਜਿਨ੍ਹਾਂ 'ਚ ਉਹਨਾਂ ਨੂੰ ਪ੍ਰੋਫਿਟ ਵੱਧ ਹੋਊਗਾ ਅਤੇ ਜੇ ਉਹਨਾਂ ਨੂੰ ਗੁਆਰੇ ਦੀਆਂ ਫਲੀਆਂ 'ਚੋਂ ਵੱਧ ਪ੍ਰੋਫਿਟ ਹੈ ਤਾਂ ਉਹ ਗੁਆਰਾ ਬੀਜਣਗੀਆਂ ਜੇ ਉਹਨਾਂ ਨੂੰ ਕੋਈ ਹੋਰ ਆਇਲ ਸੀਡ ਉਹ ਹੈ ਜਾਂ ਮੱਕੀ ਦੇ ਵਿੱਚੋਂ ਐਥਨੋਲ ਬਣਾਉਣੀ ਹੈ ਤਾਂ ਉਹ ਬੀਜਣਗੀਆਂ ਇਸ ਲਈ ਜੇ ਫੂਡ ਸਿਕਿਉਰਿਟੀ ਹੈ ਉਹ ਤਾਂ ਜਿਹੜੀ ਸ਼ਾਂਤਾ ਰਾਮ ਕਮੇਟੀ ਦੀ ਰਿਕਮੈਂਡੇਸ਼ਨ ਹੈ ਕਿ MSP ਨੂੰ ਤੋੜਨਾ ਜਾਂ ਜਿਹੜੀ ਪਰਚੇਜ਼ ਕਰਨਾ ਮਤਲਬ ਫੂਡ ਗ੍ਰੇਨ ਦਾ ਇਹਨੂੰ ਖਤਮ ਕਰਨਾ ਉਹਨੂੰ ਨਾ ਮੰਨਦੇ ਹੋਏ ਜਦ ਤੱਕ ਅਸੀਂ MSP ਨਹੀਂ ਰੈਮੂਨਰੇਟਿਵ ਪ੍ਰਾਈਸ ਪਾਲਿਸੀ ਬਣਾਵਾਂਗੇ ਕਿਸਾਨਾਂ ਨੂੰ ਕੁਝ ਦੇਵਾਂਗੇ ਅਤੇ ਨਾਲ ਉਹਦੀ ਜਿਹੜੀ ਪਰਚੇਜ਼ ਹੈ ਮਾਰਕੀਟਿੰਗ ਆ ਉਹ ਅਸ਼ੋਰ ਕਰਾਂਗੇ ਉਹਦੇ ਨਾਲ ਫੂਡ ਸਿਕਿਉਰਿਟੀ ਆ ਸਕਦੀ ਹੈ ਕਿਉਂਕਿ ਜਿਹੜੀਆਂ ਫਸਲਾਂ ਦੇ ਅਸੀਂ ਪ੍ਰਾਈਸ ਰੈਮੂਨਰੇਟਿਵ ਦੇਵਾਂਗੇ ਸਾਡਾ ਕਿਸਾਨ ਵੱਡੀ ਗਿਣਤੀ ਛੋਟਾ ਕਿਸਾਨ ਹੈ 83% ਤੋਂ ਵੱਧ ਕਿਸਾਨ ਕੁੱਲ ਪਰਿਵਾਰਾਂ ਦੇ ਇਹ 5 ਏਕੜ ਤੱਕ ਵਾਲੇ ਨੇ ਉਹ ਫਸਲਾਂ ਬੀਜਣਗੇ ਜਿਹੜੀ ਸਰਕਾਰ ਉਹਨੂੰ ਪ੍ਰਾਈਸ ਦੇਊਗੀ ਪਰ ਕਾਰਪੋਰੇਸ਼ਨਾਂ ਕਿਉਂ ਬੀਜਣਗੀਆਂ ਇਸ ਲਈ ਕਾਰਪੋਰੇਸ਼ਨਾਂ ਤਾਂ ਫੂਡ ਸਿਕਿਉਰਿਟੀ ਜਿਹੜੀ ਖਤਮ ਹੋ ਜੂ ਅਸੀਂ ਜਿਹੜਾ ਕੁਛ 1960 'ਚ ਠੂਠਾ ਫੜ ਕੇ ਦੂਜੇ ਦੇਸ਼ਾਂ ਅੱਗੇ ਫਿਰਦੇ ਸੀ ਮੁੜ ਕੇ ਸਾਨੂੰ ਉਦੋਂ ਮਾੜੀ ਹਾਲਤ ਦਾ ਸਾਹਮਣਾ ਕਰਨਾ ਪਊ ਕਿਉਂਕਿ ਅੱਜ ਸਾਡੀ ਪਾਪੂਲੇਸ਼ਨ ਬਹੁਤ ਜ਼ਿਆਦਾ ਹੈ ਜੀ ਜੀ ਜਦੋਂ ਸ਼ਰਮਾ ਜਿਹੜੇ ਇਹਨਾਂ ਨੇ ਕੁਐਸਚਨ ਰੇਸ ਕੀਤਾ ਬੜਾ ਇੰਪੋਰਟੈਂਟ ਕੁਐਸਚਨ ਹੈ ਜਦੋਂ ਆਪਾਂ ਗੱਲ ਕਰਦੇ ਜੇ ਹੋਰ ਨਹੀਂ ਤਾਂ ਘੱਟੋ ਘੱਟ ਜਿਹੜੀ ਦੇਸ਼ ਦੀ ਫੂਡ ਸਿਕਿਉਰਿਟੀ ਨੂੰ ਤਾਂ ਅਸੀਂ ਮੱਦੇਨਜ਼ਰ ਰੱਖਾਂਗੇ ਜਿਹੜੀਆਂ ਸਾਡੀਆਂ ਜ਼ਮੀਨਾਂ ਅਕੁਆਇਰ ਕੀਤੀਆਂ ਜਾ ਰਹੀਆਂ ਜਿੱਦਾਂ ਤੁਸੀਂ ਕਹਿ ਰਹੇ ਕਿ ਵੀ ਸੜਕਾਂ ਤੋਂ ਉਹਦੇ ਨਾਲ 4-4 ਕਿਲੋਮੀਟਰ ਤੱਕ ਤੁਸੀਂ ਇੰਨਾ ਜਿਹੜਾ ਹੈਗਾ ਸਾਰੀ ਜ਼ਮੀਨ ਜਿਹੜੀ ਇਹਦੀ ਗ੍ਰਹਿਣ ਕਰ ਲਓਗੇ ਤਾਂ ਕਿੱਥੋਂ ਫਿਰ ਅਸੀਂ ਆਪਣੇ ਚੈਲੇਂਜ ਲੋਕਾਂ ਨੂੰ ਕਿੱਥੋਂ ਜਿਹੜਾ ਹੈਗਾ ਬਹੁਤ ਇੰਪੋਰਟੈਂਟ ਤੁਹਾਡਾ ਹੈਗਾ ਔਰ ਇਹ ਡਾਕਟਰ ਸਾਹਿਬ ਨੇ ਜੋ ਗੱਲ ਕਹੀ ਹੈ ਉਹਦੇ ਮੈਂ ਥੋੜ੍ਹਾ ਐਡ ਕਰ ਦਵਾਂ ਜੀ ਕਿ ਯੂਪੀ ਦਾ ਮੈਂ ਇੱਕ ਅਧਿਐਨ ਕੀਤਾ ਜੀ ਉੱਤਰ ਪ੍ਰਦੇਸ਼ ਸਭ ਤੋਂ ਜ਼ਿਆਦਾ ਪਾਪੂਲੇਟਡ ਸਟੇਟ ਹੈ ਸਾਡਾ ਔਰ ਨਾਲ ਸਭ ਤੋਂ ਜ਼ਿਆਦਾ ਐਗਰੀਕਲਚਰ ਪ੍ਰੋਡਕਸ਼ਨ ਵੀ ਯੂਪੀ 'ਚ ਹੈ ਇਹ ਅਲੱਗ ਗੱਲ ਹੈ ਕਿ ਉਹਨਾਂ ਕੋਲ ਪੰਜਾਬ ਵਰਗਾ ਸਰਪਲਸ ਨਹੀਂ ਹੈ ਕਿਉਂਕਿ ਪਾਪੂਲੇਸ਼ਨ ਬਹੁਤ ਜ਼ਿਆਦਾ ਹੈ ਲੇਕਿਨ ਮੈਂ ਉਹਦਾ ਸਰਵੇ ਇੱਕ ਐਨਾਲਿਸਿਸ ਇੱਕ ਸਟੱਡੀ ਕੀਤੀ ਸੀਗੀ ਕਿ ਯੂਪੀ ਵਿੱਚ 8 ਐਕਸਪ੍ਰੈਸ ਵੇਜ਼ ਬਣ ਰਹੇ ਹੈ ਜੀ 8 ਐਕਸਪ੍ਰੈਸ ਵੇਜ਼ ਬਣ ਰਹੀ ਹੈ ਸਾਰੇ ਪ੍ਰਦੇਸ਼ ਵਿੱਚ ਉਹਨਾਂ ਵਿੱਚ 1 ਲੱਖ ਪਿੰਡ ਹੈਗੇ ਆ ਯੂਪੀ 'ਚ ਉਹਨਾਂ 'ਚ 25,000 ਪਿੰਡ ਖਤਮ ਹੋ ਜਾਣਗੇ 25,000 ਪਿੰਡ ਖਤਮ ਹੋ ਜਾਣਗੇ ਮੈਂ ਉਹਦਾ ਐਨਾਲਿਸਿਸ ਕੀਤਾ ਜਿੰਨਾ ਪ੍ਰੋਡਕਸ਼ਨ ਹੁੰਦਾ ਯੂਪੀ ਦਾ ਜੀ ਉਹਦੇ 'ਚੋਂ 14 ਮਿਲੀਅਨ ਟਨ ਯਾਨੀ 140 ਲੱਖ ਟਨ ਦਾ ਸਿਰਫ ਗੇਹੂੰ ਔਰ ਧਾਨ ਦਾ ਝੋਨੇ ਦਾ ਔਰ ਜਿਹੜਾ ਪ੍ਰੋਡਕਸ਼ਨ ਹੈ ਉਹ ਸ਼ਾਰਟਫਾਲ ਹੋਏਗਾ ਮੈਂ ਗੰਨਾ ਬਾਕੀ ਨਹੀਂ ਕ੍ਰੋਪਸ ਗਿਣ ਰਿਹਾ ਸਿਰਫ 2 ਮੇਨ ਕ੍ਰੋਪਸ ਗਿਣੀਆਂ ਗੇਹੂੰ ਔਰ ਝੋਨਾ ਤਾਂ ਜੇ ਤੁਸੀਂ 14 ਮਿਲੀਅਨ ਟਨ ਦਾ ਸ਼ਾਰਟਫਾਲ ਯਾਨੀ 140 ਲੱਖ ਟਨ ਦਾ ਸ਼ਾਰਟਫਾਲ ਹੋਏਗਾ ਮੇਰਾ ਸਵਾਲ ਇਹ ਹੈ ਕਿ ਆਉਣ ਵਾਲੇ ਦਿਨਾਂ 'ਚ ਹੂ ਵਿਲ ਫੀਡ ਯੂਪੀ ਜੀ ਜੀ ਔਰ ਇਹ ਸਿਰਫ ਯੂਪੀ ਨਹੀਂ ਹੈ ਬਾਕੀ ਪ੍ਰਦੇਸ਼ਾਂ ਦਾ ਹਾਲ ਦੇਖੋ ਵੀ ਹਾਲ ਹੈ ਹਰਿਆਣਾ ਵਿੱਚ ਤਕਰੀਬਨ 30% ਜ਼ਮੀਨ ਇਕਵਾਇਰ ਹੋ ਚੁੱਕੀ ਹੈ ਇਸ ਤਰ੍ਹਾਂ ਬਾਕੀ ਸਟੇਟਸ ਦਾ ਵੀ ਹਾਲ ਇਹ ਹੈ ਇਹ ਜਿਹੜੇ ਜ਼ਮੀਨ
नया रायपुर बन रहा, जिथे भी जाओ हूँ स्मार्ट सिटी बनने हैं या बड़े बड़े शहर बन रहे हैं। लेकिन जिस तरह स्वामीनाथन साहब कहते होंगे डॉक्टर स्वामीनाथन कि अगे तो फूड सिक्योरिटी या नैशनल सोवरेनिटी जी हैगी है वो थोड़े को किन्ने हथियार है वो डिटरमिन नहीं करेगा, लेकिन कि अनाज हैगा खाद्यान्न है वो डिटरमिन करेगा जी। डॉक्टर साहब मैं इस मुद्दे पर मैं दोबारा थोड़े को आवाँगा, आप इस गलते इन्नी चर्चा करनी चाहिए। स्वामीनाथन कमेटी की रिपोर्ट का इन्होंने जिस तरह जिक्र किया है कि आखिरकार देश के जो खपतकार की गल करते हैं जो होरां लोगों की गल करते हैं तो किसान ही क्यों कुरबानी का बकरा बनाया जाता है। जी डॉक्टर एम एस स्वामीनाथन की रिपोर्ट है वो कई पक्ष है, दो पक्ष वो बहुत अहम ने, एक हैगा मिनीम सपोर्ट प्राइस से दूजा रेट ऑफ इंटरेस्ट। जो मिनीम सपोर्ट प्राइस से है वो कहते भी मिनीम सपोर्ट प्राइस नहीं होनी चाहिए, रेमुनरेटिव प्राइस होनी चाहिए, जिनी कॉस्ट ऑफ प्रोडक्शन है वो 50% प्रॉफिट होना चाहिए। भारतीय जनता पार्टी तो ये कुछ जिहड़े नाल चलिया पार्टियां ने एनडी दियां उन्होंने चुनने तो पहले कहा कि असी डॉक्टर एम एस स्वामीनाथन की 50% वाली रिकमेंडेशन लागू करांगे, पर मेरा ये विचार है कि हुण खेती घाटे वाला धंधा है, जे डॉक्टर एम एस स्वामीनाथन की रिकमेंडेशन मान ली जाऊगी तो यह नफे वाला तो होजू, पर वड्डी गिणती किसानां नूं फिर भी राहत वड्डी नहीं मिलनी नहीं देगी। ओके डॉक्टर साहब इस मुद्दे ते दोबारा भी चर्चा करांगे, हुण सानूं समां इजाजत नहीं दे रहा। असी अपने मेहमानों के नाल भूमि अधिग्रहण के मुद्दे से दो पड़ा भी चर्चा कर रहे हैं। पहले पड़ा की चर्चा से शामिल होने मैं अपने दोनों मेहमानों का धन्यवादी हाँ और दर्शकों भी इस प्रोग्राम का स्नेहा कि तुसी अगले प्रोग्राम की चर्चा देखना भी ना भुलना।